ਸਸੀ ਕਾਲ ਬਾਈ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਠੀਕ ਹੋਵਾਂਗੇ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਬਰਾੜ ਆ ਆਪਣਾ ਇੰਸਟਾਗ੍ਰam ਅਕਾਊਂਟ ਆ ਬਾਈ ਜੀ ਇਸ ਨੂੰ ਜਰੂਰ ਫਾਲੋ ਫ ਕਰੋ ਸੁਖਪ੍ਰੀਤ ਬਰਾੜ ਕੋਠੇ ਦੇ ਨਾਂ ਤੇ ਤੇ ਜਿੰਨੇ ਵੀ ਵੀਰ ਸੁਖਪ੍ਰੀਤ ਬਰਾੜ ਕੋਠੇ YouTube ਚੈਨਲ ਦੇਖ ਰਿਹਾ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਆ ਬਾਈ ਜੀ ਆਪਾਂ ਕੱਲ 12 ਫਰਵਰੀ 2023 ਨੂੰ ਗਏ ਸੀ ਤਲਵੰਡੀ ਸਾਬੋ ਮੰਡੀ ਤੇ ਤੇ ਸੋਚਿਆ ਸੋਨੂੰ ਵੀ ਮੁੱਟੀ ਮੁੱਟੀ ਮੰਡੀ ਦਿਖਾ ਦਈਏ ਤੇ ਵੈਸੇ ਤਾਂ ਮੰਡੀ ਦੀਆਂ ਬਹੁਤ ਜ਼ਿਆਦਾ ਵੀਡੀਓ ਆ ਚੁੱਕੀਆਂ ਤੇ ਪਰ ਫਿਰ ਵੀ ਮੈਂ ਕੁਝ ਛੋਟੇ ਜਿਹੇ ਬਣਾਏ ਆ ਵੀਡੀਓ ਜਿਹੜਾ ਬੜੰਗਾ ਤੇ ਮੈਂ ਸੋਚਿਆ ਚੋਲਾ ਸੋਡੇ ਦਾ ਸ਼ੇਅਰ ਕਰਦੇ ਆ ਤੇ ਤਲਵੰਡੀ ਸਾਬੋ ਮੰਡੀ ਬਾਈ ਜੀ ਪੂਰੀ ਪਰ ਚੁੱਕੀ ਆ ਤੇ ਪੂਰਿਆਂ ਟੌਪ ਟੌਪ ਦੇ ਜਾਨਵਰ ਪਹੁੰਚ ਚੁੱਕੇ ਆ ਤਲਵੰਡੀ ਸਾਬੋ ਮੰਡੀ ਤੇ ਤੇ ਆ ਦੇਖੋ ਤੁਸੀਂ ਪੂਰੀਆਂ ਚੰਗੀਆਂ ਨਗਰੀਆਂ ਘੋੜੀਆਂ ਜਾਂ ਮਾਰਵਾੜੀ ਘੋੜੀਆਂ ਤੇ ਚਾਲ ਵਾਲੀਆਂ ਘੋੜੀਆਂ ਪਹੁੰਚ ਚੁੱਕੀਆਂ ਆ ਬਈ ਰਾਜਰੂਪ ਕੋੜਾ ਅਰਜਨ ਰੌਲੀ ਵਾਲ ਦਾ ਬੱਚਾ ਤੇ ਆਸਟ੍ਰੇਲੀਅਨ ਵੀ ਬਾਵਾ ਪਹੁੰਚ ਚੁੱਕਿਆ ਤੇ ਵਿਕਰੀਆਂ ਜਾਨਵਰ ਵੀ ਬਈ ਹੈਗਾ ਤੇ ਪਰ ਕੱਲ ਥੋੜੇ ਬਾਹਰੋਂ ਮਾਲ ਘਟ ਆਇਆ ਸੀ ਸ਼ਾਇਦ ਅੱਜ ਜਾਵੇ ਕੱਲ੍ਹ ਆਥ ਨੇ ਜੇ 2-3 ਘਰ ਬਾਹਰੋਂ ਆਏ ਆ ਕੋਈ 10-20 ਘੋੜੀਆਂ ਬਾਹਰੋਂ ਆਈਆਂ ਜਿਹੜਾ ਆ ਘੋੜਾ ਬਾਈ ਇਹ ਹੈਗਾ ਹਬੌਰ ਵਾਲੇ ਦਾ ਲਾਸਟ ਬੱਚਿਆਂ ਚੋਂ ਘੋੜਾ ਸ਼ਾਇਦ ਉਹਦਾ ਲਾਸਟ ਬੱਚਾ ਹੀ ਹੈ ਤੇ ਮਾਂ ਹੈਗੀ ਇਹਦੀ ਪਾਨੇ ਵਾਲੀ ਪਾਨੇ ਵਾਲੇ ਘੋੜੇ ਦੀ ਡਾਇਰੈਕਟ ਆ ਤੇ ਤੋਲੇ ਕਿੰਗਰੇ ਪੰਡਾ ਸ਼ਾਇਦ ਬਾਈ ਰਿਸ਼ਪਾਲ ਕੋਲੇ ਬਹੁਤ ਹੀ ਘੱਟ ਕੰਡੀਸ਼ਨਾਂ ਤੇ ਬਹੁਤ ਚੰਗੀ ਗਰਦਨ ਉਹਦਾ ਮਾਲਕਾ ਘੋੜਾ ਇਹ ਐ ਨਾਗਾ ਨੂੰ ਚਾਹਦਾ ਹਬੌਰ ਵਾਲਾ ਦਾ ਲਾਸਟ ਬੱਚਾ ਸ਼ਾਇਦ ਇਹ ਤੇ ਇਹ ਵੀ ਬਾਈ ਪਹੁੰਚਿਆ ਪਹਿਲਾਂ ਬਹੁ ਘੱਟ ਮਟਕਾਂ ਤੇ ਗਿਆ ਸ਼ਾਇਦ ਕਿਸੇ ਤੇ ਗਿਆ ਗਾਈਡਿੰਗ ਆ ਤੇ ਹੋਰ ਵੀ ਬਈ ਬਹੁਤ ਤਰ੍ਹਾਂ ਦੇ ਜਾਨਵਰ ਚਾਲ ਵਾਲੇ ਤੇ ਆ ਕਬੂਤਰ ਕੁੱਕੜ ਜੇ ਵੀ ਵਾਵਾ ਆ ਗਏ ਕੁੱਤਿਆਂ ਵਾਲੇ ਬਾਈ ਵੀ ਬਹੁਤ ਪਹੁੰਚ ਚੁੱਕੇ ਆ ਤੇ ਮੱਥਾ ਰਕਾਉਂਦਾ ਬਾਈ ਘੋੜੀ ਦਾ ਪਰ ਨਹੀਂ ਟੇਕਿਆਗਾ ਤੇ ਪਹਿਲਾਂ ਟੇਕਦਾ ਸੀ ਮੱਥਾ ਘੋੜੀ ਨੇ ਪਰ ਬਾਅਦ ਚ ਨਹੀਂ ਟੇਕਿਆਗਾ ਤੇ ਮੈਂ ਸੋਚਿਆ ਚਲੋ ਵੀਡੀਓ ਬਣਾਵਾਂਗਾ ਘੋੜੀ ਟੇਕੂਗੀ ਮੱਥਾ ਪਰ ਟੇਕਣੀ ਆ ਚਾਲ ਵਾਲੀ ਘੋੜੀ ਦੇਖੋ ਜਾਂਦੀ ਆ ਭੂਰੀਆਂ ਐ ਫੁੱਲਸਪੀਟਾਂ ਤੇ ਇਹ ਵੀ ਕਿ ਦਿਲ ਵਾਲੇ ਬੰਦੇ ਦਾ ਕੰਮ ਹੀ ਐ ਤੇ ਇਹਨਾਂ ਨੇ ਬਹੁਤ ਬਈ ਗਰਦ ਕੱਢਦੇ ਆ ਕੁੜੀ ਦੀ ਇਹ ਬਾਈ ਤੇ ਆਹ ਗਰਾਊਂਡ ਬਾਈ ਜਿਹੜਾ ਅੱਜ 13 ਤਰੀਕ ਨੂੰ ਇੱਥੇ ਦੌੜਾਂ ਵਗੈਰਾ ਜਾਂ 13 ਨੂੰ ਸ਼ਾਇਦ ਕੱਲ ਨੂੰ ਹੋਣੀ ਐ ਅੱਜ ਤਾਂ ਮੈਨੂੰ ਲੱਗਦਾ ਪ੍ਰਦਰਸ਼ਨ ਹੀ ਐ ਤੇ ਇਹ ਵੀ ਐ ਪੂਰਾ ਕੰਪਿਊਟਰ ਕਰਾ ਲਾ ਕੇ ਬਣਾ ਛੱਡਿਆ ਪੂਰਾ ਵਧੀਆ ਗਰਾਊਂਡ ਆ ਤੇ ਸਾਰੇ ਵੀਰ ਬਈ ਪਹੁੰਚੋ ਤਲਵੰਡੀ ਸਾਬੋ ਮੰਡੀ ਤੇ ਵਧਾਓ ਰੌਣਕਾਂ ਤੇ ਕੱਠ ਵੀ ਬਈ ਪੂਰਾ ਤਲਵੰਡੀ ਸਾਬੋ ਮੰਡੀ ਤੇ ਕੱਲ ਸੀਗਾ ਤੇ ਅੱਜ ਵੀ ਪੂਰ ਰੌਣਕਾਂ ਲੱਗੂਗਾ 17 ਤਰੀਕ ਤੱਕ ਤੇ ਜਿੰਨੇ ਵੀ ਵੀਰ ਘੋੜਾ ਪਾਲ ਕਾ ਵੱਤ ਤੋਂ ਵੱਧ ਪਹੁੰਚੋ ਤੇ ਪੂਰੀਆਂ ਚੰਗਾ ਚੰਗਾ ਘੋੜਾਂਾਂ ਦੀ ਗਰੀਆਂਾਂ ਵੀ ਖੜੀਆਂ ਬਈ ਤੇ ਜਿਨ੍ਹਾਂ ਨੂੰ ਕੋਈ ਜਾਨਵਰ ਲੈਣ ਦੀ ਚਾਸ ਆ ਉਹ ਵੀ ਪਹੁੰਚੋ ਤੇ ਜੇ ਕਿਸੇ ਨੇ ਵੇਚਣਾ ਤੇ ਅੱਜ ਦਾ ਦਿਨ ਵੀ ਉਹ ਵੀ ਪਹੁੰਚ ਸਕਦੇ ਆ ਸ਼ਾਮ ਤੱਕ